ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਕਿ ਕਿਸਾਨਾਂ ਦੇ ਉੱਤੇ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪਰ ਇਹ ਕਰਜ਼ਾ ਚੜ੍ਹਿਆ ਕਿਵੇਂ? ਇਹਦਾ ਸਿੱਧਾ ਕਾਰਨ ਆ ਕਰਜ਼ਾ ਚੜ੍ਹਨ ਦਾ, ਕਿਸਾਨ ਨੂੰ MSP ਨਾ ਮਿਲਣ ਕਰਕੇ। 2018 ਤੱਕ ਪਿਛਲੇ 25 ਸਾਲਾਂ ਦੇ ਵਿੱਚ 48 ਲੱਖ ਕਰੋੜ ਰੁਪਈਆ ਕਿਸਾਨ ਨੂੰ ਉਹਦੀ ਕੀਮਤ ਤੈਅ ਕਰਨ ਤੋਂ ਘੱਟ ਮਿਲਿਆ। ਇਹ ਸਾਡੇ ਅੰਕੜੇ ਨਹੀਂ ਕਿ ਸਰਕਾਰ ਦੇ ਅੰਕੜੇ ਆ। ਸਾਡੇ ਪ੍ਰਧਾਨ ਮੰਤਰੀ ਜੀ ਰੋਜ਼ ਕਹਿੰਦੇ ਆ ਵੀ ਭਾਰਤ ਕੋ ਵਿਸ਼ਵ ਗੁਰੂ ਬਣਾਉਣਾ ਹੈ, ਅਤੇ ਚੌਧਰੀ ਚਰਨ ਸਿੰਘ ਜੀ ਕਹਿੰਦੇ ਸੀਗੇ ਵੀ ਭਾਰਤ ਦੀ ਤਰੱਕੀ ਦਾ ਰਾਸਤਾ ਪਿੰਡਾਂ ਵਿੱਚੋਂ ਨਿਕਲਦਾ। ਅਗਰ ਪਿੰਡ ਸਕਸ਼ਮ ਹੋ ਗਏ, ਪਿੰਡ ਖੁਸ਼ਹਾਲ ਹੋ ਗਏ, ਗ੍ਰਾਮੀਣ ਭਾਰਤ ਖੁਸ਼ਹਾਲ ਹੋ ਗਿਆ, ਅਤੇ ਫਿਰ ਦੇਸ਼ ਕੀ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਦੇਸ਼ ਨੂੰ ਮਹਾਨ ਦੇਸ਼ ਅਤੇ ਵਿਸ਼ਵ ਗੁਰੂ ਬਣਨ ਤੋਂ ਨਹੀਂ ਰੋਕ ਸਕਦੀ। ਸਾਡੇ 700 ਕਿਸਾਨ ਪਿਛਲੇ ਅੰਦੋਲਨ ਸ਼ਹੀਦ ਹੋਏ, ਸਾਡੇ ਨਾਲ ਲਿਖਤ ਵਾਅਦਾ ਕੀਤਾ। ਉਸ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀਗਾ 2018 ਦੇ ਵਿੱਚ ਸਾਡੇ ਕੋਲ ਸਾਈਨਾਂ ਨਾਲ ਪੂਰੀ ਕਾਪੀਆਂ ਪਈਆਂ ਹੈਗੀਆਂ। ਫਿਰ ਦੁਬਾਰਾ 2020 'ਚ ਅੰਦੋਲਨ ਕੀਤਾ, 750 ਸ਼ਹੀਦ ਹੋਏ। ਹੁਣ ਦੁਬਾਰਾ ਸਰਕਾਰ ਹੀ ਚਾਹੁੰਦੀ ਹੈ ਨਾ, ਜੇ ਸਰਕਾਰ ਇਮਾਨਦਾਰ ਹੁੰਦੀ, ਕਿਸਾਨ ਮਜ਼ਦੂਰ ਦੇ ਪ੍ਰਤੀ ਵਫ਼ਾਦਾਰ ਹੁੰਦੀ, ਤਾਂ ਸਰਕਾਰ ਸਾਡੇ ਬਣਾ ਕੇ ਕਾਨੂੰਨ ਸਾਡੇ ਘਰ ਭੇਜ ਦਿੰਦੀ। ਪੋਲੈਂਡ ਦੇ ਕਿਸਾਨ ਦੇਖ ਲਓ, ਸਪੇਨ ਦੇ ਕਿਸਾਨ ਦੇਖ ਲਓ, ਫਰਾਂਸ ਦੇ ਕਿਸਾਨ ਦੇਖ ਲਓ, ਜਰਮਨ ਦੇ ਕਿਸਾਨ ਦੇਖ ਲਓ, ਨੀਦਰਲੈਂਡ ਦੇ ਕਿਸਾਨ ਦੇਖ ਲਓ, ਚੈੱਕ ਰਿਪਬਲਿਕ ਦੇ ਕਿਸਾਨ ਦੇਖ ਲਓ, ਉਹ ਸਾਰੇ ਆਪਦਾ ਪ੍ਰਦਰਸ਼ਨ ਕਰਨ ਰਾਜਧਾਨੀ ਤੱਕ ਗਏ ਆ। ਕਿਸੇ ਵੀ ਸਰਕਾਰ ਨੇ ਤਸ਼ੱਦਦ ਨਹੀਂ ਕੀਤਾ। ਕਿਸਾਨ ਵੀ ਕੀ ਦਿੱਲੀ ਕਰਨ ਜਾ ਰਿਹਾ ਹੈਗਾ, ਦਿੱਲੀ ਆਪਦੀ ਗੱਲ ਰੱਖਣ ਜਾ ਰਿਹਾ। ਜੇ ਤੁਸੀਂ ਗੱਲ ਨਹੀਂ ਰੱਖਣ ਦੇਣੀ, ਜੇ ਤੁਸੀਂ ਵਾਅਦਾ ਕੀਤਾ ਸੀ ਕਿਸਾਨ ਦੇ ਨਾਲ ਵੀ ਮੇਰੀ ਸਰਕਾਰ ਬਣਾਓ, ਪਹਿਲੀ ਕਲਮ ਸੇ ਪਹਿਲੀ ਹੀ ਕੈਬਨਿਟ ਮੇਂ ਕਿਸਾਨ ਕੋ ਕਰਜ਼ ਮੁਕਤ ਕੀਆ ਜਾਏਗਾ, ਇਹ ਮੇਰੇ ਬੋਲ ਨਹੀਂ ਗੇ, ਪ੍ਰਧਾਨ ਮੰਤਰੀ ਦੇ ਬੋਲ ਹੈ। ਕਮੇਟੀ ਦੇ ਚੇਅਰਮੈਨ ਸੀਗੇ, ਉਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਇਹਨਾਂ ਨੇ ਖੁਦ ਸਿਫਾਰਿਸ਼ ਕਰਕੇ ਇਹ ਲਿਖ ਕੇ ਭੇਜਿਆ ਸ਼੍ਰੀ ਮਨਮੋਹਨ ਸਿੰਘ ਜੀ ਨੂੰ, ਅਗਰ ਦੇਸ਼ ਦੇ ਵਿੱਚ ਕਿਸਾਨੀ ਬਚਾਉਣੀ ਹੈ, ਮਜ਼ਦੂਰ ਨੂੰ ਬਚਾਉਣਾ ਹੈ, ਤਾਂ ਕਿਸਾਨ ਨੂੰ MSP ਦੇਣੀ ਪਊਗੀ। ਯਾਨੀ ਕਿ ਖੁਦ ਪ੍ਰਧਾਨ ਮੰਤਰੀ ਜੀ ਨੇ ਲਿਖ ਕੇ ਰਿਪੋਰਟ ਕੀਤੀ ਸੀਗੀ। ਅਫਰ ਅੱਜ ਪ੍ਰਧਾਨ ਮੰਤਰੀ ਜੀ ਕਿਸ ਮੂੰਹ ਨਾਲ ਕਹਿ ਰਹੇ ਹੈ ਕਿ ਬਈ ਸਕਸ਼ਮ ਨਹੀਂ ਦੇ ਨਹੀਂ ਸਕਦੇ। ਜਦੋਂ ਕਿਸਾਨ ਦੇ ਜੇਬ 'ਚ ਰੁਪਈਆ ਆਉਂਦਾ, ਉਹਨੇ ਮਾਰਕੀਟ 'ਚ ਆਉਣਾ। ਜਦੋਂ ਕਾਰਪੋਰੇਟ ਦੇ ਜੇਬ 'ਚ ਰੁਪਈਆ ਆਉਂਦਾ, ਉਹਨੇ ਸਵਿਟਜ਼ਰਲੈਂਡ ਜਾਣਾ, ਉਹ ਕਾਲਾ ਧਨ ਹੁੰਦਾ। ਕਿਸਾਨ ਕੋਲ ਕਾਲਾ ਧਨ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਰਾਜਸਥਾਨ ਵਿੱਚ ਇੱਕ ਫਸਲ ਹੁੰਦੀ ਗੁਆਰ ਦੀ, ਉਹਦਾ ਆਮ ਨੋਰਮਲ ਰੇਟ 1500, 2000, 3000 ਦੇ ਲਗਭਗ ਹੁੰਦਾ ਹੈ। 2 ਸਾਲ ਸਾਨੂੰ ਗੁਆਰ ਦਾ ਰੇਟ ਮਿਲਿਆ 18000-20000। ਇਹ ਪ੍ਰਤਿਆਸ਼ਿਤ ਤੇਜ਼ੀ ਆਈ ਸੀਗੀ। ਉਸ ਟਾਈਮ ਦਿਹਾੜੀ ਸੀਗੀ ਮਜ਼ਦੂਰ ਦੀ 150 ਰੁਪਈਆ, ਅਤੇ ਉਸੇ ਸਾਲ ਹੀ 500 ਰੁਪਈਆ ਦਿਹਾੜੀ ਹੋ ਗਈ। ਵਾਢੀ ਸੀਗੀ ਗੁਆਰੇ ਦੇ ਕਿੱਲੇ ਦੀ 700 ਰੁਪਈਆ, 600 ਰੁਪਈਆ, 800 ਰੁਪਈਆ। ਉਸੇ ਸਾਲ ਹੀ ਵਾਢੀ 2500 ਰੁਪਏ ਕਿੱਲਾ ਹੋ ਗਈ। ਉਸ ਦੌਰਾਨ ਜਿਹੜੇ ਮਜ਼ਦੂਰ ਸੀਗੇ ਮੋਟਰਸਾਈਕਲ ਲੈ ਕੇ ਆਏ ਆ, ਅਤੇ ਕਿਸਾਨ ਨਵੇਂ ਟਰੈਕਟਰ ਲੈ ਕੇ ਆਏ ਸੀਗੇ, ਅਤੇ ਬਾਜ਼ਾਰ ਦੇ ਵਿੱਚ ਰੌਣਕਾਂ ਸੀਗੇ। ਦੀਵਾਲੀ ਵਾਲੇ ਦਿਨ ਪੂਰੀ ਕਰਨਪੁਰ ਮੰਡੀ ਵਿੱਚ ਕਿਸੇ ਦੁਕਾਨ 'ਤੇ ਮਿਠਾਈ ਨਹੀਂ ਬਚੀ ਸੀ, ਕਿਸੇ ਦੁਕਾਨ 'ਤੇ ਪਟਾਕੇ ਨਹੀਂ ਬਚੇ ਸੀ। ਇਹ ਆ ਫਾਇਦਾ ਕਿਸਾਨ ਨੂੰ MSP ਮਿਲਣ ਦਾ। ਕਿਸਾਨ ਆਗੂ ਰਣਜੀਤ ਸਿੰਘ ਰਾਜੂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਤਾਂ ਬਹੁਤ ਸਾਰੇ ਅਜਿਹੀ ਦੁਖਦਾਈ ਘਟਨਾਵਾਂ ਵੀ ਵਾਪਰਦੀਆਂ ਨੇ, ਜਿਵੇਂ ਬੀਤੇ ਦਿਨੀ ਇੱਕ ਕਿਸਾਨ ਹੈ ਜਿਹੜਾ ਉਹ ਸ਼ਹੀਦ ਹੋ ਜਾਂਦਾ, ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੰਦਭਾਗਾ ਵਰਤਾਰਾ। ਜਦੋਂ ਪ੍ਰਧਾਨ ਮੰਤਰੀ ਜੀ ਬਾਹਰਲੇ ਮੁਲਕਾਂ ਦੀ ਧਰਤੀ 'ਚ ਆ ਕਹਿੰਦੇ ਆ ਭਾਰਤ ਇੱਕ ਲੋਕਤੰਤਰਿਕ ਦੇਸ਼ ਔਰ ਸਭ ਤੋਂ ਬੜਾ ਲੋਕਤੰਤਰ ਹੈ, ਇੰਡੀਆ ਇਜ਼ ਅ ਮਦਰ ਆਫ ਡੈਮੋਕ੍ਰੇਸੀ, ਡੈਮੋਕ੍ਰੇਸੀ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ। ਪੋਲੈਂਡ ਦੇ ਕਿਸਾਨ ਦੇਖ ਲਓ, ਸਪੇਨ ਦੇ ਕਿਸਾਨ ਦੇਖ ਲਓ, ਫਰਾਂਸ ਦੇ ਕਿਸਾਨ ਦੇਖ ਲਓ, ਜਰਮਨ ਦੇ ਕਿਸਾਨ ਦੇਖ ਲਓ, ਨੀਦਰਲੈਂਡ ਦੇ ਕਿਸਾਨ ਦੇਖ ਲਓ, ਚੈੱਕ ਰਿਪਬਲਿਕ ਦੇ ਕਿਸਾਨ ਦੇਖ ਲਓ, ਉਹ ਸਾਰੇ ਆਪਦਾ ਪ੍ਰਦਰਸ਼ਨ ਕਰਨ ਰਾਜਧਾਨੀ ਤੱਕ ਗਏ ਆ।
ਕਿਸੇ ਵੀ ਸਰਕਾਰ ਨੇ ਤਸ਼ੱਦਦ ਨਹੀਂ ਕੀਤਾ। ਇੱਥੋਂ ਤੱਕ ਇਹ ਵੀ ਰਿਪੋਰਟ ਆ, ਉਹਨਾਂ ਨੇ ਤਾਂ ਜਾ ਕੇ ਦਫ਼ਤਰਾਂ ਦੇ ਉੱਤੇ ਆਂਡੇ ਵੀ ਮਾਰੇ ਆ, ਇਹੋ ਜਿਹਾ ਕੁਛ ਕੀਤਾ। ਪਰ ਉਹ ਲੋਕਤੰਤਰ ਹੈ ਵੀ ਉਹਨਾਂ ਨੂੰ ਆਪਦੀ ਗੱਲ ਰੱਖਣ ਦਾ ਹੱਕ ਹੈ, ਗੱਲ ਰੱਖ ਕੇ ਜਾਓ ਆਪਦੀ। ਕਿਸਾਨ ਵੀ ਕੀ ਦਿੱਲੀ ਕਰਨ ਜਾ ਰਿਹਾ ਹੈਗਾ, ਦਿੱਲੀ ਆਪਦੀ ਗੱਲ ਰੱਖਣ ਜਾ ਰਿਹਾ। ਜੇ ਤੁਸੀਂ ਗੱਲ ਨਹੀਂ ਰੱਖਣ ਦੇਣੀ, ਜੇ ਤੁਸੀਂ ਵਾਅਦਾ ਕੀਤਾ ਸੀ ਕਿਸਾਨ ਦੇ ਨਾਲ ਵੀ ਮੇਰੀ ਸਰਕਾਰ ਬਣਾਓ, ਪਹਿਲੀ ਹੀ ਕਲਮ ਸੇ ਪਹਿਲੀ ਹੀ ਕੈਬਨਿਟ ਮੇ ਕਿਸਾਨ ਕੋ ਕਰਜ਼ ਮੁਕਤ ਕੀਆ ਜਾਏਗਾ, ਇਹ ਮੇਰੇ ਬੋਲ ਨਹੀਂ ਗੇ, ਪ੍ਰਧਾਨ ਮੰਤਰੀ ਦੇ ਬੋਲ ਹੈ। ਮੈਨੀਫੈਸਟੋ ਵਿੱਚ ਲਿਖਿਆ ਕਿਸਾਨ ਕੋ MSP ਕੇ ਖਰੀਦ ਕਾ ਗਰੰਟੀ ਕਾਨੂੰਨ C2+50% ਕੇ ਹਿਸਾਬ ਸੇ ਦਿਆ ਜਾਏਗਾ। ਉਸ ਤੋਂ ਬਾਅਦ 2012 ਦੇ ਵਿੱਚ ਜਦੋਂ ਹੁਣ ਦੇ ਪ੍ਰਧਾਨ ਮੰਤਰੀ ਉਸ ਟਾਈਮ ਦੇ ਮੁੱਖ ਮੰਤਰੀ ਇੱਕ ਕਮੇਟੀ ਦੇ ਚੇਅਰਮੈਨ ਸੀਗੇ, ਉਸ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਇਹਨਾਂ ਨੇ ਖੁਦ ਸਿਫਾਰਸ਼ ਕਰਕੇ ਇਹ ਲਿਖ ਕੇ ਭੇਜਿਆ ਸ਼੍ਰੀ ਮਨਮੋਹਨ ਸਿੰਘ ਜੀ ਨੂੰ, ਅਗਰ ਦੇਸ਼ ਦੇ ਵਿੱਚ ਕਿਸਾਨੀ ਬਚਾਉਣੀ ਹੈ, ਮਜ਼ਦੂਰ ਨੂੰ ਬਚਾਉਣਾ ਹੈ, ਤਾਂ ਕਿਸਾਨ ਨੂੰ MSP ਦੇਣੀ ਪਊਗੀ। ਯਾਨੀ ਕਿ ਖੁਦ ਪ੍ਰਧਾਨ ਮੰਤਰੀ ਜੀ ਨੇ ਲਿਖ ਕੇ ਰਿਪੋਰਟ ਕੀਤੀ ਸੀਗੀ। ਅਗਰ ਅੱਜ ਪ੍ਰਧਾਨ ਮੰਤਰੀ ਜੀ ਕਿਸ ਮੂੰਹ ਨਾਲ ਕਹਿ ਰਹੇ ਹੈ ਕਿ ਵੀ ਸਕਸ਼ਮ ਨਹੀਂ ਦੇ ਨਹੀਂ ਸਕਦੇ, ਅੱਜ ਇਹ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈਗਾ। ਅਗਰ ਕਿਸਾਨ ਮਜ਼ਦੂਰ ਕਿਸਾਨ ਨੂੰ MSP ਦਿੱਤੀ ਗਈ ਤਾਂ ਦੇਸ਼ ਕੰਗਾਲ ਹੋ ਜੂਗਾ, ਜਦਕਿ ਇਹ ਝੂਠ ਹੈ। ਦੋ ਤਰ੍ਹਾਂ ਦੇ ਬੁੱਧੀਜੀਵੀ ਹੈ, ਇੱਕ ਸਰਕਾਰ ਪੱਖੀ ਹੈ, ਇੱਕ ਦੇਸ਼ ਪੱਖੀ ਹੈ। ਜਿਹੜੇ ਦੇਸ਼ ਪੱਖੀ ਬੁੱਧੀਜੀਵੀ ਹੈ ਉਹਨਾਂ ਨੇ ਸਪਸ਼ਟ ਤੁਹਾਨੂੰ ਨਾਲ ਬੈਠ ਕੇ ਮੀਟਿੰਗ ਕੀਤੀ ਹੈ, ਤੁਹਾਨੂੰ ਦੱਸਿਆ ਵੀ 2.5 ਤੋਂ 3 ਲੱਖ ਕਰੋੜ ਰੁਪਈਏ ਦਾ ਖਰਚਾ ਆਊਗਾ। 80% ਆਬਾਦੀ ਹੈ ਕਿਸਾਨ ਮਜ਼ਦੂਰ ਦੀ, 80% ਆਬਾਦੀ ਨੂੰ ਅਗਰ ਦੇਸ਼ ਦਾ 8%, 10% ਬਜਟ ਨੂੰ ਮਿਲੂਗਾ ਤਾਂ 80% ਆਬਾਦੀ ਸਰਵਾਈਵ ਕਿਵੇਂ ਕਰੂਗੀ? ਇਹ ਹੋਰ ਕਹਿੰਦੇ ਅਸੀਂ ਆਹ ਯੋਜਨਾ ਦੇ ਦਿੱਤੀ, ਅਸੀਂ ਆਹ ਯੋਜਨਾ ਦੇ ਦਿੱਤੀ, ਅਸੀਂ ਆਹ ਯੋਜਨਾ ਦੇ ਦਿੱਤੀ, ਅਸੀਂ 2000 ਰੁਪਏ ਦੇ ਦਿੱਤਾ, ਅਸੀਂ ਸਬਸਿਡੀ ਦੇ ਦਿੱਤੀ, ਅਸੀਂ ਕਹਿੰਦੇ ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਇੱਕ ਵਾਰੀ ਕਰਜ਼ ਮੁਕਤ ਕਰ ਦਿਉ ਅਤੇ ਸਾਡੀ ਖਰੀਦ ਦਾ ਗਰੰਟੀ ਕਾਨੂੰਨ ਬਣਾ ਦਿਉ। ਕਿਸਾਨ ਦੇਸ਼ ਦਾ ਪੇਟ ਭਰ ਦੂਗਾ, ਨਾਲੇ ਕਿਸਾਨ ਮਜ਼ਦੂਰ ਨੂੰ ਉੱਚਾ ਚੱਕ ਦੂਗਾ। ਉਹਦਾ ਲੌਜਿਕ ਹੈ, ਜਦੋਂ ਕਿਸਾਨ ਦੇ ਜੇਬ 'ਚ ਰੁਪਈਆ ਆਉਂਦਾ ਉਹਨੇ ਮਾਰਕੀਟ 'ਚ ਆਉਣਾ, ਜਦੋਂ ਕਾਰਪੋਰੇਟ ਦੇ ਜੇਬ 'ਚ ਰੁਪਈਆ ਆਉਂਦਾ ਉਹਨੇ ਸਵਿਟਜ਼ਰਲੈਂਡ ਜਾਣਾ, ਉਹ ਕਾਲਾ ਧਨ ਹੁੰਦਾ। ਕਿਸਾਨ ਕੋਲ ਕਾਲਾ ਧਨ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਇੱਕ ਉਦਾਹਰਣ ਦੇ ਕੇ ਤੁਹਾਨੂੰ ਸਮਝਾਊਂਗਾ, ਅੱਜ ਤੋਂ 10 ਸਾਲ ਪਹਿਲਾਂ ਰਾਜਸਥਾਨ ਦੇ ਵਿੱਚ, ਮੈਂ ਰਾਜਸਥਾਨ ਦਾ ਵਾਸੀ ਹਾਂ, ਰਾਜਸਥਾਨ ਵਿੱਚ ਇੱਕ ਫਸਲ ਹੁੰਦੀ ਗਵਾਰ ਦੀ, ਉਹਦਾ ਆਮ ਨੋਰਮਲ ਰੇਟ 1500, 2000, 3000 ਦੇ ਲਗਭਗ ਹੁੰਦਾ ਹੈ। 2 ਸਾਲ ਸਾਨੂੰ ਗਵਾਰ ਦਾ ਰੇਟ ਮਿਲਿਆ 18000, 20000, ਇਹ ਪ੍ਰਤਿਆਸ਼ਿਤ ਤੇਜ਼ੀ ਆਈ ਸੀਗੀ। ਉਸ ਟਾਈਮ ਦਿਹਾੜੀ ਸੀਗੀ ਮਜ਼ਦੂਰ ਦੀ 150 ਰੁਪਈਆ, ਅਤੇ ਉਸੇ ਸਾਲ ਹੀ 500 ਰੁਪਏ ਦਿਹਾੜੀ ਹੋ ਗਈ। ਵਾਢੀ ਸੀਗੀ ਗਵਾਰੇ ਦੇ ਕਿੱਲੇ ਦੀ 700 ਰੁਪਈਆ, 600 ਰੁਪਈਆ, 800 ਰੁਪਈਆ, ਉਸੇ ਸਾਲ ਹੀ ਵਾਢੀ 2500 ਰੁਪਏ ਕਿੱਲਾ ਹੋ ਗਈ। ਉਸ ਦੌਰਾਨ ਜਿਹੜੇ ਮਜ਼ਦੂਰ ਸੀਗੇ ਮੋਟਰਸਾਈਕਲ ਲੈ ਕੇ ਆਏ ਆ, ਅਤੇ ਕਿਸਾਨ ਨਵੇਂ ਟਰੈਕਟਰ ਲੈ ਕੇ ਆਏ ਸੀਗੇ। ਇੱਕ ਫਸਲ ਦਾ ਸਹੀ ਰੇਟ ਮਿਲਣ ਦੇ ਕਾਰਨ ਮਜ਼ਦੂਰ ਵੀ ਖੁਸ਼ਹਾਲ ਹੋ ਗਿਆ, ਕਿਸਾਨ ਵੀ ਖੁਸ਼ਹਾਲ ਹੋ ਗਿਆ, ਅਤੇ ਬਾਜ਼ਾਰ ਦੇ ਵਿੱਚ ਰੌਣਕਾਂ ਸੀਗੇ। ਦੀਵਾਲੀ ਵਾਲੇ ਦਿਨ ਪੂਰੀ ਕਰਨਪੁਰ ਮੰਡੀ ਵਿੱਚ ਕਿਸੇ ਦੁਕਾਨ 'ਤੇ ਮਿਠਾਈ ਨਹੀਂ ਬਚੀ ਸੀ, ਕਿਸੇ ਦੁਕਾਨ 'ਤੇ ਪਟਾਕੇ ਨਹੀਂ ਬਚੇ ਸੀ। ਇਹ ਆ ਫਾਇਦਾ ਕਿਸਾਨ ਨੂੰ MSP ਮਿਲਣ ਦਾ। ਠੀਕ ਹੈ ਜੀ, ਹੁਣ ਅੱਜ ਗੱਲ ਕਰਦੇ ਹਾਂ, ਮਤਲਬ ਜਿਵੇਂ ਕਿਸਾਨਾਂ ਨੂੰ ਹੁਣ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਹੈ, ਪਹਿਲਾਂ ਉਹਨੂੰ ਲੈ ਕੇ ਗੱਲ ਕਰਦੇ ਹਾਂ, ਆਪਾਂ 3 ਮੀਟਿੰਗਾਂ ਹੋ ਚੁੱਕੀਆਂ ਨੇ ਅਤੇ ਕੱਲ੍ਹ ਨੂੰ ਵੀ ਇੱਕ ਜਿਹੜੀ ਮੀਟਿੰਗ ਹੈ, ਕੀ ਲੱਗਦਾ ਕਿ ਕੋਈ ਜਿਹੜਾ ਰਿਜ਼ਲਟ ਉਹ ਨਿਕਲੇਗਾ ਮੀਟਿੰਗਾਂ ਦਾ? ਦੇਖੋ, ਕਦੇ ਵੀ ਬੰਦੇ ਨੂੰ ਨਾ ਉਮੀਦ ਨਹੀਂ ਹੋਣਾ ਚਾਹੀਦਾ। ਅਗਰ ਮੀਟਿੰਗ ਕਰਨ ਜਾਵਾਂਗੇ ਤਾਂ ਪੋਜ਼ਿਟਿਵਿਟੀ ਨਾਲ ਜਾਵਾਂਗੇ, ਇਹ ਸੋਚ ਕੇ ਨਹੀਂ ਜਾ ਸਕਦੇ ਅਸੀਂ ਵੀ ਕੁਛ ਮਿਲਣਾ ਨਹੀਂ ਉੱਥੋਂ। ਜੇ ਇਹ ਸੋਚ ਕੇ ਜਾਈਏ ਕੁਛ ਮਿਲਣਾ ਨਹੀਂ, ਫਿਰ ਮੀਟਿੰਗ ਚਿੱਤੇ ਕੋਈ ਨਹੀਂ ਗਾ। ਅਗਰ ਸਰਕਾਰ ਨੇ ਮੀਟਿੰਗ ਰੱਖੀ ਹੈ, ਸਰਕਾਰ 2 ਦਿਨ ਆਪਦਾ ਹੋਮਵਰਕ ਕਰੂਗੀ, ਉਹਨੇ ਆਪਦੇ ਅਫਸਰ ਸ਼ਫਸਰ ਬੁਲਾਏ ਹੋਣੇ ਆ, 100 ਗੱਲਾਂ ਕੀਤੀਆਂ ਹੋਣੀਆਂ। ਮੈਨੂੰ ਉਮੀਦ ਹੈ ਵੀ ਕੱਲ੍ਹ ਜੇ ਸਰਕਾਰ ਮੀਟਿੰਗ ਕਰਨ ਆ ਰਹੀ ਹੈ ਤਾਂ ਸਾਡੇ ਵਾਸਤੇ ਕੁਛ ਨਾ ਕੁਛ ਲੈ ਕੇ ਆਊਗੀ, ਕੋਈ ਹੱਲ ਕੱਢ ਕੇ ਲਿਆਊਗੀ, ਨਹੀਂ ਅੰਦੋਲਨ ਚੱਲ ਹੀ ਰਿਹਾ। ਫਿਰ ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਕਿ ਕਿਸਾਨਾਂ ਦੇ ਉੱਤੇ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪਰ ਇਹ ਕਰਜ਼ਾ ਚੜ੍ਹਿਆ ਕਿਵੇਂ? ਇਹਦਾ ਸਿੱਧਾ ਕਾਰਨ ਆ ਕਰਜ਼ਾ ਚੜ੍ਹਨ ਦਾ, ਕਿਸਾਨ ਨੂੰ MSP ਨਾ ਮਿਲਣ ਕਰਕੇ। 2018 ਤੱਕ ਪਿਛਲੇ 30 ਸਾਲਾਂ ਦੇ ਵਿੱਚ, 25 ਸਾਲਾਂ ਦੇ ਵਿੱਚ 48 ਲੱਖ ਕਰੋੜ ਰੁਪਈਆ ਕਿਸਾਨ ਨੂੰ ਉਹਦੀ ਕੀਮਤ ਤੈਅ ਕਰਨ ਤੋਂ ਘੱਟ ਮਿਲਿਆ।
ਇਹ ਸਾਡੇ ਅੰਕੜੇ ਨਹੀਂ ਕਿ ਸਰਕਾਰ ਦੇ ਅੰਕੜੇ ਆ। ਅਸੀਂ ਅੱਜ ਵੀ ਕਹਿੰਦੇ ਹਾਂ ਸਾਨੂੰ ਸਰਕਾਰ 'ਤੇ ਵਿਸ਼ਵਾਸ ਹੈ, ਸਰਕਾਰ ਸਾਡੀ ਆ, ਜਿੰਨੇ ਮੰਡੀ ਸੈਕਟਰੀ ਹੈਗੇ ਆ ਜੋ ਵੀ ਇਹਨਾਂ ਦਾ ਤਾਮਝਾਮ ਹੈ ਇਹ ਸਾਰੀ ਵਹੀ ਖਾਤੇ ਲੈ ਆਉਣ, ਇਹ ਸਾਨੂੰ ਕੱਢ ਕੇ ਦੱਸ ਦੇਣ ਵੀ ਇੰਨੀ ਤੁਹਾਡੀ ਫਸਲ ਵਿਕੀ ਹੈ ਇਸ ਭਾਅ ਆਹ MSP ਸੀਗੀ। ਜੇ ਉਹਦੇ ਵਿੱਚ ਕਿਸਾਨ ਦੀ ਲੈਣਦਾਰੀ ਹੋਵੇ ਅਸੀਂ ਫਿਰ ਛੱਡ ਦਾਂਗੇ ਲੈਣਦਾਰੀ, ਅਸੀਂ ਕਹਿੰਦੇ ਜਿਹੜੀ ਸਾਡੀ ਦੇਣਦਾਰੀ ਹਰੀ ਉਹ ਮਾਫ਼ ਕਰ ਦਿਉ। ਜਿਵੇਂ ਹੁਣ ਗੱਲ ਕਰਦੇ ਹਾਂ ਇਹ ਜਿਹੜਾ ਅੰਦੋਲਨ ਹੈ ਇਹ ਸਿਰਫ ਕਿਸਾਨਾਂ ਦਾ ਅੰਦੋਲਨ ਹੈ? ਕਿਸਾਨ, ਮਜ਼ਦੂਰ, ਆਦਿਵਾਸੀ ਪਲੱਸ ਛੋਟਾ ਦੁਕਾਨਦਾਰ, ਇਹ ਵਿਸ਼ੇਸ਼ ਤੌਰ 'ਤੇ ਗ੍ਰਾਮੀਣ ਭਾਰਤ, ਗ੍ਰਾਮੀਣ ਭਾਰਤ ਦਾ ਮਤਲਬ ਇਹ ਨਹੀਂ ਕਿ ਵੀ ਇਕੱਲੇ ਪਿੰਡ ਜਾਂ ਛੋਟੇ ਛੋਟੇ ਸ਼ਹਿਰ ਆ, ਕਸਬੇ ਆ, ਜਿਵੇਂ ਕਰਨਪੁਰ ਕਸਬਾ, ਰਾਜਪੁਰਾ ਕਸਬਾ, ਹੈ ਨਾ, ਧਨੌਲਾ ਕਸਬਾ, ਐਂ ਜਿਹੜੇ ਛੋਟੇ ਛੋਟੇ ਕਸਬੇ ਆ ਉਹਨਾਂ ਦਾ ਗ੍ਰਾਮੀਣ ਭਾਰਤ ਹੈ। ਸਾਡੇ ਪ੍ਰਧਾਨ ਮੰਤਰੀ ਜੀ ਰੋਜ਼ ਕਹਿੰਦੇ ਆ ਵੀ ਭਾਰਤ ਕੋ ਵਿਸ਼ਵ ਗੁਰੂ ਬਣਾਉਣਾ ਹੈ, ਅਤੇ ਚੌਧਰੀ ਚਰਨ ਸਿੰਘ ਜੀ ਕਹਿੰਦੇ ਸੀਗੇ ਵੀ ਭਾਰਤ ਦੀ ਤਰੱਕੀ ਦਾ ਰਾਸਤਾ ਪਿੰਡਾਂ ਵਿੱਚੋਂ ਨਿਕਲਦਾ। ਅਗਰ ਪਿੰਡ ਸਕਸ਼ਮ ਹੋ ਗਏ, ਪਿੰਡ ਖੁਸ਼ਹਾਲ ਹੋ ਗਏ, ਗ੍ਰਾਮੀਣ ਭਾਰਤ ਖੁਸ਼ਹਾਲ ਹੋ ਗਿਆ ਤਾਂ ਫਿਰ ਦੇਸ਼ ਕੀ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਦੇਸ਼ ਨੂੰ ਮਹਾਨ ਦੇਸ਼ ਅਤੇ ਵਿਸ਼ਵ ਗੁਰੂ ਬਣਨ ਤੋਂ ਨਹੀਂ ਰੋਕ ਸਕਦੀ। ਪਰ ਜੇ ਕਾਗਜ਼ਾਂ 'ਚ ਕਰਨਾ ਸ਼ਗੁਫਾ ਛੱਡਣ ਗੱਲ ਵੱਖਰੀ ਹੈ, ਜੇ ਹਕੀਕਤ ਵਿੱਚ ਸਪਨਾ ਵਿਸ਼ਵ ਗੁਰੂ ਬਣਦਾ ਤਾਂ ਵਿਸ਼ਵ ਗੁਰੂ ਨੂੰ ਕਮੇਰਾ ਬਣਾਉਂਦਾ, ਕਿਉਂਕਿ ਕਮੇਰੀ ਕੌਮ ਕੰਮ ਕਰਨ ਵਾਲੀ ਹੁੰਦੀ ਹੈ। ਜਿਹੜੇ ਕਿਰਤੀ ਕੌਮ ਹੁੰਦੀ ਹੈ ਉਹ ਕਿਰਤੀ ਕੌਮ ਹੀ ਕਿਸੇ ਬੰਨੇ ਸਿਰ ਲਾਉਂਦੀ ਆ, ਆਪਣੀ ਤਰੱਕੀ ਕਰਾਉਂਦੀ ਹੈਗੀ ਆ। ਕਿਰਤੀ ਲੋਕ ਆ, ਕਿਰਤੀਆਂ ਦਾ ਖਿਆਲ ਕਰੋ, ਦੇਸ਼ ਵਿਸ਼ਵ ਗੁਰੂ ਬਣੂਗਾ। ਹੁਣ ਜਿਸ ਤਰੀਕੇ ਦੇ ਨਾਲ ਕੱਲ੍ਹ ਕਿਸਾਨ ਗਿਆਨ ਸਿੰਘ ਸ਼ਹੀਦ ਹੋਇਆ, ਜੇਕਰ ਆਉਣ ਵਾਲੇ ਟਾਈਮ 'ਚ ਵੀ ਰੱਬ ਨਾ ਕਰੇ ਇੱਦਾਂ ਦੀ ਕੋਈ ਦੁਰਘਟਨਾ ਵਾਪਰਦੀ ਹੈ, ਉਹਦੇ ਲਈ ਜ਼ਿੰਮੇਵਾਰ ਕੌਣ ਹੋਵੇਗਾ? ਸਰਕਾਰ। 750 ਕਿਸਾਨ ਪਿਛਲੇ ਅੰਦੋਲਨ ਸ਼ਹੀਦ ਹੋਏ, ਸਾਡੇ ਨਾਲ ਲਿਖਤ ਵਾਅਦਾ ਕੀਤਾ, ਉਸ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀਗਾ 2018 ਦੇ ਵਿੱਚ ਸਾਡੇ ਕੋਲ ਸਾਈਨਾਂ ਨਾਲ ਪੂਰੀ ਕਾਪੀਆਂ ਪਈਆਂ ਹੈਗੀਆਂ। ਫਿਰ ਦੁਬਾਰਾ 2020 'ਚ ਅੰਦੋਲਨ ਕੀਤਾ, 750 ਸ਼ਹੀਦ ਹੋਏ। ਹੁਣ ਦੁਬਾਰਾ ਸਰਕਾਰ ਹੀ ਚਾਹੁੰਦੀ ਆ ਨਾ, ਜੇ ਸਰਕਾਰ ਇਮਾਨਦਾਰ ਹੁੰਦੀ, ਕਿਸਾਨ ਮਜ਼ਦੂਰ ਦੇ ਪ੍ਰਤੀ ਵਫ਼ਾਦਾਰ ਹੁੰਦੀ ਤਾਂ ਸਰਕਾਰ ਸਾਡੇ ਬਣਾ ਕੇ ਕਾਨੂੰਨ ਸਾਡੇ ਘਰ ਭੇਜ ਦਿੰਦੀ। ਅੱਜ ਹੁਣ ਉਹਦੀ ਜਿਹੜਾ ਸ਼ਹੀਦ ਹੋਇਆ ਕਿਸਾਨ ਗਿਆਨ ਸਿੰਘ, ਉਹਦਾ ਕਾਰਨ ਕੀ ਆ? ਆਰਸ਼ੂ ਗੈਸ, ਉਹਨਾਂ ਨੂੰ ਦਿੱਕਤ ਸੀਗੀ, ਧੂੰਆਂ ਚੱਲਿਆ, ਉਹ ਨਹੀਂ ਧੂੰਆਂ ਸਹਿ ਪਾਏ, ਦੋ ਦਿਨ ਖੰਘਦੇ ਰਹੇ, ਉਸ ਤੋਂ ਬਾਅਦ ਮੰਦਭਾਗੀ ਖਬਰ ਆ ਗਈ। ਇਹ ਜ਼ਿੰਮੇਵਾਰ ਸਰਕਾਰ ਹੈ। ਹੁਣ ਜੇਕਰ ਗੱਲ ਕਰੀਏ, ਸਰਕਾਰ ਤਾਂ ਇਹ ਵੀ ਕਹਿੰਦੀ ਹੈ ਕਿ ਜੇਕਰ ਤੁਸੀਂ ਦਿੱਲੀ ਜਾਣਾ ਤਾਂ ਹੋਰ ਬਹੁਤ ਸਾਰੇ ਤਰੀਕੇ ਨੇ, ਤੁਸੀਂ ਟਰੈਕਟਰ ਲੈ ਕੇ ਜ਼ਰੂਰੀ ਜਾਣਾ ਉੱਥੇ। ਟਰੈਕਟਰ ਕਿਸਾਨ ਦੀ ਸਵਾਰੀ ਵੀ ਹੈ, ਟਰੈਕਟਰ ਕਿਸਾਨ ਦਾ ਸਾਥੀ ਵੀ ਹੈ, ਅਤੇ ਸਾਰਥੀ ਉਹਦਾ ਕਿਸਾਨ ਹੈ। ਅੱਜ ਤੋਂ 30 ਸਾਲ ਪਹਿਲਾਂ ਅਸੀਂ ਬਰਾਤਾਂ ਵੀ ਟਰੈਕਟਰ ਟਰਾਲੀ 'ਤੇ ਜਾਂਦੇ ਸੀਗੇ, 25 ਸਾਲ ਪਹਿਲਾਂ ਵਿਆਹ ਵੀ ਟਰੈਕਟਰ ਟਰਾਲੀ 'ਤੇ ਜਾਂਦੇ ਸੀਗੇ, ਉਦੋਂ ਪਹਿਲਾਂ ਗੱਡੀਆਂ 'ਤੇ ਜਾਂਦੇ ਸੀਗੇ। ਅੱਜ ਵੀ ਬਹੁਤ ਸਾਰੇ ਕੰਮ ਜਿਹੜੇ ਅਸੀਂ ਆਪਦੇ ਘਰੇਲੂ ਕੰਮ ਜਿਹੜੇ ਹੈਗੇ ਆ ਟਰੈਕਟਰ ਟਰਾਲੀ 'ਤੇ ਕਰਦੇ ਹਾਂ। ਦਿੱਲੀ ਟਰੈਕਟਰ ਟਰਾਲੀ ਨਾਲ ਮਾੜੀ ਨਹੀਂ ਹੁੰਦੀ, ਜੇ ਦਿੱਲੀ ਦੇ ਬਰੂਹਾਂ ਦੇ ਟਰੈਕਟਰ ਟਰਾਲੀਆਂ ਜਾ ਵੜਨਗੇ ਕੀ ਦਿੱਕਤ ਹੈ? ਇਹਦੇ ਟਾਇਰ ਹੈ, ਕਾਰ ਦੇ ਵੀ ਟਾਇਰ ਹੈ, ਬਸ ਫਰਕ ਇੰਨਾ ਹੈਗਾ ਵੀ ਟਰਾਲੀ ਸਾਡਾ ਘਰ ਹੈ, ਕਾਰ ਸਾਡਾ ਘਰ ਨਹੀਂ ਹੈਗਾ। ਇੱਕ ਵੱਡੀ ਗੱਲ ਇਹ ਵੀ ਉਹਨਾਂ ਦੁਆਰਾ ਇਹ ਕਹੀ ਜਾਂਦੀ ਹੈ ਕਿ ਜੇਕਰ ਕਿਸਾਨ ਉੱਥੇ ਪਹੁੰਚਦੇ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਜੋ ਹੁੰਦਾ ਹੈ, ਜੇ ਉਹੀ ਵਰਤਾਰਾ ਦੁਬਾਰੇ ਵਾਪਰਿਆ ਫਿਰ? 26 ਜਨਵਰੀ ਦਾ ਵਰਤਾਰਾ ਕਿਸਾਨ ਨੇ ਵਰਤਾਇਆ ਸੀਗਾ, ਕਲੀਅਰ ਰਿਪੋਰਟਾਂ ਹੈਗੀਆਂ, ਕਲੀਅਰ ਵੀਡੀਓ ਲੋਕਾਂ ਕੋਲ ਆਈਆਂ, ਅੱਜ ਸੇਵ ਪਈਆਂ ਹੈਗੀਆਂ ਵੀ ਜੋ ਰਾਸਤਾ ਦਿੱਤਾ ਗਿਆ ਸੀਗਾ। ਹੁਣ ਮੰਨ ਲਓ ਸਾਨੂੰ ਆਹ ਰੂਟ ਦਿੱਤਾ, ਰੂਟ ਦੇਣਾ ਕਿਹਨੇ ਆ? ਸਰਕਾਰ ਨੇ। ਮੈਨੇਜ ਕਿਹਨੇ ਕਰਨਾ? ਸਰਕਾਰ ਨੇ। ਕਿਸਾਨ ਨੂੰ ਕੀ ਪਤਾ ਲਾਲ ਕਿਲ੍ਹਾ ਕਿਹੜੇ ਪਾਸੇ ਆ, ਲਾਲ ਕਿਲ੍ਹੇ ਦੇ ਰਾਹ 'ਤੇ ਬੈਰੀਕੇਡ ਕਿਹਨੇ ਕਰਨੀ ਸੀਗੀ? ਜਿਹੜਾ ਰੂਟ ਸਾਨੂੰ ਦਿੱਤਾ ਸੀਗਾ ਉਸ ਰੂਟ 'ਤੇ ਲਿਜਾਣ ਦੀ ਜ਼ਿੰਮੇਵਾਰੀ ਕਿਹਦੀ ਸੀਗੀ? ਪ੍ਰਸ਼ਾਸਨ ਦੀ ਸੀ ਨਾ। ਇਹਦਾ ਮਤਲਬ ਪ੍ਰਸ਼ਾਸਨ ਨੇ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਜਾਣ ਬੁੱਝ ਕੇ ਬਦਨਾਮ ਕਰਨ ਵਾਸਤੇ, ਅੰਦੋਲਨ ਨੂੰ ਤਾਰ ਪੀੜੋ ਕਰਨ ਵਾਸਤੇ ਦੂਜਾ ਰਾਹ ਦੇ ਕੇ ਲਾਲ ਕਿਲ੍ਹੇ ਪਹੁੰਚਾਇਆ ਗਿਆ। ਉਹਦੇ ਕਲੀਅਰ ਕੱਟ ਤਾਂ ਸਾਹਮਣੇ ਰਿਪੋਰਟਾਂ ਆ ਚੁੱਕੀਆਂ, ਵੀਡੀਓ ਆ ਪਈਆਂ ਲੋਕਾਂ ਕੋਲ ਮੌਜੂਦ, ਅੱਜ ਵੀ ਮੌਜੂਦ ਆ ਵੀਡੀਓ ਉਹ, ਜਦੋਂ ਖੁਦ ਆਪਣੇ ਪੁਲਿਸ ਵਾਲੇ ਪ੍ਰੋਵੋਕ ਕਰ ਰਹੇ ਵੀ ਇੱਧਰ ਚੱਲੋ, ਇੱਧਰ ਚੱਲੋ, ਇੱਧਰ ਚੱਲੋ। ਹੁਣ ਲਾਸਟ ਸਵਾਲ ਹੈ ਮੇਰਾ, ਉਹ ਲੋਕ ਜਿਹੜੇ ਕਿਸਾਨੀ ਕਿੱਤੇ ਦੇ ਨਾਲ ਸੰਬੰਧਿਤ ਨਹੀਂ ਨੇ ਜਾਂ ਦਿਹਾੜੀਆਂ ਨਹੀਂ ਕਰਦੇ, ਮੈਂ ਗੱਲ ਮਜ਼ਦੂਰਾਂ ਦੀ ਕਰ ਰਿਹਾ ਹਾਂ,
ਉਹਨਾਂ ਦਾ ਇਸ ਅੰਦੋਲਨ ਦੇ ਨਾਲ ਜੁੜਨਾ ਕਿਉਂ ਜ਼ਰੂਰੀ ਹੈ? ਕਿਸਾਨ ਨੂੰ MSP ਮਿਲ ਗਈ, ਜਿਹੜਾ ਖੇਤੀ ਮਜ਼ਦੂਰ ਹੈ ਉਹਨੂੰ ਦਿਹਾੜੀ ਚੰਗੀ ਮਿਲ ਗਈ, ਜਿਹੜਾ ਪਿੰਡ 'ਚ ਦੁਕਾਨਦਾਰ ਹੈਗਾ ਉਹਦੀ ਵਿਕਰੀ ਚੰਗੀ ਹੋਣ ਲੱਗ ਗਈ, ਫਿਰ ਜਦੋਂ ਵਿਕਰੀ ਚੰਗੀ ਹੋਊਗੀ ਡਿਮਾਂਡ ਵਧੂਗੀ, ਡਿਮਾਂਡ ਵੱਧ GDP ਵਧੂਗੀ, GDP ਵਧੂ ਫੈਕਟਰੀਆਂ ਲੱਗਣਗੀਆਂ, ਫੈਕਟਰੀ ਲੱਗਣੀ ਫੈਕਟਰੀ ਰੋਜ਼ਗਾਰ ਕਿਹਨੂੰ ਮਿਲੂਗਾ? ਨਾਗਰਿਕ ਨੂੰ ਨਾ, ਅਤੇ ਇਸ ਕਰਕੇ ਇਹ ਉਹਨਾਂ ਲਈ ਜ਼ਰੂਰੀ ਹੈ।